ਆਪਣੇ ਬੱਚੇ ਵਾਸਤੇ ਪੁੱਤਰ ਵਾਸਤੇ ਕਿ ਜੋ ਮਮਤਾ ਜੋ ਦਿਲ ਹੁੰਦਾ ਹੈ ਗੁਰੂ ਦਾ ਆਪਣੇ ਭਗਤ 100 ਮਾਵਾਂ ਦੇ ਦਿਲ ਰਲ ਜਾਣ ਤੇ ਫਿਰ ਗੁਰੂ ਦਾ ਆਪਣੇ ਭਗਤ ਵਾਸਤੇ ਹੁੰਦਾ ਜਰਾ ਹਿਸਾਬ ਲਾ ਲਓ ਕਿ ਮਾਂ ਦਾ ਆਪਣੇ ਬੱਚੇ ਵਾਸਤੇ ਕਿੰਨਾ ਤੇ ਗੁਰੂ ਦਾ 100 ਮਾਵਾਂ ਦੇ ਦਿਲ ਰਲ ਜਾਣ ਤੋਂ ਇੱਕ ਭਗਤ ਵਾਸਤੇ ਹੁੰਦਾ ਜਿਹੜੇ ਉਹਨਾਂ ਦੇ ਬਣੇ ਜਿਨ੍ਹਾਂ ਨੇ ਉਹਨਾਂ ਨਾਲ ਪਿਆਰ ਕੀਤਾ ਤੇ ਉਹਨਾਂ ਵੇਖੋ ਉਹਨਾਂ ਨਾਲ ਕੀ ਕੀਤਾ ਮਾਨੀ ਚ ਆਇਆ ਹੈ ਕਿ ਲੱਖ ਬਾਵਾਂ ਇੱਕ ਪਾਸੇ ਹੋ ਜਾਣ ਤੇ ਜਿਹਦੇ ਵੱਲ ਗੁਰੂ ਦੀ ਨਿਗਾਹ ਹੋਵੇ ਜਿਹਦੇ ਵੱਲ ਗੁਰੂ ਉਹਦੇ ਵੱਲ ਹੋਵੇ ਉਹਨੂੰ ਕੁਛ ਨਹੀਂ ਉਹਦੀ ਹਾਰ ਹੋ ਸਕਦੀ ਅਸੀਂ 10 ਵੀ ਜਾਣੇ